ਕਾਂਗਰਸੀ ਸਾਂਸਦ ਮਹਾਰਾਣੀ ਪਰਨੀਤ ਕੌਰ ਵੱਲੋਂ ਹੁਣ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਤਹਿ ਦਿਲੋਂ ਵਧਾਈ ਦਿੱਤੀ ਗਈ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਕੰਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਸੀ, ਉਮੀਦ ਹੈ ਉਹ ਚੰਨੀ ਕੈਪਟਨ ਸਾਹਿਬ ਦੀ ਤਰਜ਼ ਤੇ ਹੀ ਚੱਲਦੇ ਹੋਏ ਪੂਰੇ ਕਰਨਗੇ। ਇਸ ਮੌਕੇ ਮਹਾਰਾਣੀ ਪਰਨੀਤ ਕੌਰ ਥੋੜ੍ਹੇ ਉਖੜੇ ਹੋਏ ਵੀ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਓਪੀ ਸੋਨੀ ਨੂੰ ਡਿਪਟੀ ਸੀਐਮ ਬਣਾ ਕੇ ਚੰਗਾ ਕੀਤਾ ਗਿਆ ਕਿਉਂਕਿ ਨਵਿਆਂ ਦਾ ਅੱਗੇ ਆਉਣਾ ਬਣਦਾ ਵੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪੁਰਾਣੇ ਟਕਸਾਲੀ ਕਾਂਗਰਸੀਆਂ ਨੂੰ ਅਣਦੇਖਿਆ ਕੀਤਾ ਜਾਵੇ। ਇਹ ਗੱਲ ਉਹਨਾਂ ਨੇ ਬ੍ਰਹਮ ਮਹਿੰਦਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਹੈ। ਇਹ ਇਸ ਜਗ੍ਹਾ ਦੇ ਵਿੱਚ 2012 ਦੇ ਇਲੈਕਸ਼ਨ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਮੰਗਿਆ ਸੀ, ਪਰ ਇਹ ਚੱਲ ਬਹੁਤ ਦੇਰ ਦਾ ਸੀ। ਪੂਰੀ ਕੋਸ਼ਿਸ਼ ਹੁੰਦੀ ਸੀ ਪਰ ਐਦਕੀ ਸਿਰੇ ਚੜ੍ਹਿਆ, ਔਰ ਇਹ ਸਾਡਾ ਇੱਕ ਪੋਲ ਦਾ ਮੈਨੀਫੈਸਟੋ ਵੀ ਇੱਕ ਸੀਗਾ ਜਿਹੜਾ ਪੂਰਾ ਹੋਇਆ, ਔਰ ਸਟੈਪ ਬਾਏ ਸਟੈਪ ਇਹਦੇ ਵਿੱਚ ਵਰਕਆਊਟ ਕੀਤਾ ਕਿ ਅੱਗੇ ਜ਼ਿਆਦਾ 50 ਗਜ਼ ਵਾਲਿਆਂ ਨੂੰ ਫਿਰ ਹੋਰ ਇਸ ਤਰੀਕੇ ਦੇ ਨਾਲ ਕੀਤਾ, ਔਰ ਇਹ ਪਹਿਲਾ ਕਦਮ ਹੈ ਜਿਹਦੇ ਨਾਲ ਅੱਗੇ ਨੂੰ ਸਹੂਲਤ ਹੋਰ ਹੋਊਗੀ ਲੋਕਾਂ ਨੂੰ ਕਿ ਉਹ ਵੀ ਆਪਣੇ ਮਾਲਕੀ ਦੇ ਹੱਕ ਲੈ ਸਕਣ। ਦੇਖੋ ਅੱਜ ਹੀ ਬਣੇ ਨੇ, ਮੇਰੀ ਸ਼ੁਭਕਾਮਨਾਵਾਂ ਉਹਨਾਂ ਦੇ ਨਾਲ, ਵਧਾਈ ਹੋਏ, ਔਰ ਅਸੀਂ ਆਸ ਰੱਖਦੇ ਹਾਂ ਕਿ ਜੋ ਕੈਪਟਨ ਸਾਹਿਬ ਦੇ ਕੰਮ ਕੀਤੇ ਸੀ ਔਰ ਅੱਗੇ ਜਿਹੜੇ ਥੋੜ੍ਹੇ ਰਹਿ ਗਏ ਸੀ ਚੱਲ ਰਹੇ ਨੇ, ਉਹਨਾਂ ਦੇ ਉੱਤੇ ਇਹ ਕੰਮ ਕਰਕੇ ਪੂਰੇ ਕਰਨ। ਨਹੀਂ, ਹਾਈ ਕਮਾਂਡ ਕਾ ਡਿਸੀਜਨ ਥਾ, ਉਹਨਾਂ ਨੇ ਡਿਸੀਜਨ ਲੈ ਲਿਆ, ਬਾਤ ਕਿਆ ਕਰਨੀ ਹੈ। ਨਹੀਂ ਇਹ ਦੇਖੋ ਇਹ ਗੱਲ ਠੀਕ ਨਹੀਂ ਹੈ, ਜ਼ਰੂਰ ਇਹ ਜ਼ਰੂਰਤ ਹੁੰਦੀ ਹੈ ਕਿ ਅੱਗੇ ਨਵਾਂ ਆਏ, ਕੋਈ ਨਾ ਕੋਈ ਆਏ, ਪਰ ਇਸ ਕੋਸਟ ਉੱਤੇ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਪੁਰਾਣਿਆਂ ਨੂੰ ਟੋਟਲੀ ਇਗਨੋਰ ਕਰੋ। ਜਬ ਕਰੇਂਗੇ ਆਪਕੋ ਬਤਾਏਂਗੇ। ਹਾਂਜੀ, ਇਹ ਦੇਖੋ ਇਹਦੇ ਵਿੱਚ ਮੇਰਾ ਰੋਲ ਕੋਈ ਹੈ ਨਹੀਂ, ਤੁਸੀਂ ਹਾਈ ਕਮਾਂਡ ਜਾਂ ਸਿੱਧੂ ਸਾਹਿਬ ਨੂੰ ਪੁੱਛੋ।